घरेलू कलेश दे चलदे करीब 17 साल पहला व्याही एक औरत दा कतल उसदे पति वल्लों कर दिता गया। मृतक औरत दे मापिया दे बयानां दे उत्ते पुलिस ने उसदे पति सहुरा ते सस दे विरुद्ध मामला दर्ज कर लिया है। श्री मुक्तसर साहब हलके की मंडी बरीवाला विच अज सवेरे एक 17 साल पहला व्याही औरत दा उसदे पति वल्लों कतल कर दिता गया। मृतक औरत सरबजीत कौर जो कि बठिंडा जिले नाल संबंधित सी करीब 17 साल पहला बरीवाला दे जसदीप सिंह नाल उसदा विआह होया सी। उन्हां दा एक 15 साल दा बेटा भी है। अज सवेरे सरबजीत कौर दा कतल उसदे पति जसदीप सिंह वल्लों तेज धार कुल्हाड़ी नाल कर दिता गया। मृतक औरत दे मापिआं दे अनुसार घर दे विच ਮਾਮੂਲੀ ਕਲੇਸ਼ ਰਹਿੰਦਾ ਸੀ। ਜਸਦੀਪ ਸਿੰਘ ਨੇ ਅੱਜ ਸਵੇਰੇ ਕੁਲਾੜੀ ਦੇ ਨਾਲ ਸਰਬਜੀਤ ਦਾ ਕਤਲ ਕਰ ਦਿੱਤਾ। ਉਧਰ ਪੁਲਿਸ ਨੇ ਉਸਦੇ ਪਤੀ ਜਸਦੀਪ ਸਿੰਘ, ਸਹੁਰਾ ਸੁਖਦੇਵ ਸਿੰਘ, ਸੱਸ ਬਲਵਿੰਦਰ ਕੌਰ ਦੇ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਸਰਬਜੀਤ ਕੌਰ ਦੇ ਪਿਤਾ ਭਰਪੂਰ ਸਿੰਘ ਅਨੁਸਾਰ ਉਹਨਾਂ ਦੀ ਬੇਟੀ ਦਾ ਵਿਆਹ ਜਸਦੀਪ ਸਿੰਘ ਨਾਲ ਹੋਇਆ ਸੀ ਅਤੇ ਉਹਨਾਂ ਦੇ ਘਰ ਵਿੱਚ ਕਲੇਸ਼ ਰਹਿੰਦਾ ਸੀ। ਇਸ ਕਲੇਸ਼ ਦੇ ਚੱਲਦਿਆਂ ਹੀ ਉਸਦਾ ਕਤਲ ਕਰ ਦਿੱਤਾ ਗਿਆ ਅਤੇ ਉਹਨਾਂ ਨੂੰ ਇਸ ਦੀ ਸੂਚਨਾ ਉਦੋਂ ਫੋਨ ਦੇ ਰਾਹੀਂ ਮਿਲੀ ਜਿਸ ਉਪਰੰਤ ਉਹ ਮੌਕੇ ਤੇ ਪਹੁੰਚੇ। ਇਸ ਉਪਰੰਤ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪਰ ਹੁਣ ਦੇਖਣਾ ਇਹ ਹੋਵੇਗਾ ਕਿ ਆਖਰ ਕਤਲ ਕਿਉਂ ਕੀਤਾ ਗਿਆ, ਕਤਲ ਦੇ ਕਾਰਨਾਂ ਦੀ ਅਸਲ ਵਜ੍ਹਾ ਕੀ ਸੀ। ਪੁਲਿਸ ਨੂੰ ਇਹ ਸਾਰੀ ਸੱਚਾਈ ਦਾ ਪਤਾ ਲਗਾਉਣਾ ਚਾਹੀਦਾ ਹੈ। ਜੇ ਨਿਊਜ਼ ਪੰਜਾਬੀ ਲਈ ਸ਼੍ਰੀ ਮੁਕਤਸਰ ਸਾਹਿਬ ਤੋਂ ਬੂਟਾ ਸਿੰਘ ਦੀ ਰਿਪੋਰਟ। ਮੇਰਾ ਭਰਪੂਰ ਸਿੰਘ ਜੀ, ਤੁਹਾਡੀ ਕੀ ਲੱਗਦੀ ਸੀ? ਮੇਰੀ ਬੇਟੀ ਹੈ ਜੀ। ਕੀ ਮਾਮਲਾ ਹੋਇਆ? ਮਾਮਲਾ ਅਸਲ ਵਿੱਚ ਸਵੇਰੇ ਫੋਨ ਗਿਆ ਨਾ ਬਠਿੰਡੇ ਤੋਂ, ਬਰੀ ਵਾਲੀ ਮੰਡੀ ਤੋਂ ਗਿਆਨ ਦੇ ਮਤਲਬ ਸਾਹਿਬ ਤੋਂ ਚੱਲੇ ਬਠਿੰਡੇ ਤੋਂ ਬੰਦੇ ਆਪਣੇ ਨਾਲ ਜਿਹੜੇ ਸੀਗੇ ਲੈ ਕੇ, ਅਤੇ ਉੱਥੇ ਆ ਕੇ ਜਦੋਂ ਪਤਾ ਲੱਗਿਆ ਸਾਨੂੰ ਵੀ ਮਤਲਬ ਇਸ ਕਰਕੇ ਮਾਰ ਕੇ ਸਿੱਟੀ ਪਈ ਆ। ਕੀ ਕਾਰਨ ਹੈ ਜਿਹੜਾ? ਕਾਰਨ ਤਾਂ ਹੁਣ ਕੀ ਕਹਿ ਸਕਦੇ, ਕਾਰਨ ਤਾਂ ਘਰੇ ਲੜਾਈ ਝਗੜਾ ਰਹਿੰਦਾ ਸੀ ਉਹਨਾਂ ਦਾ। ਕਿੰਨਾ ਸਮਾਂ ਹੋ ਗਿਆ ਜੀ ਬੇਟੀ ਨੂੰ? 16 ਸਾਲ ਹੋ ਗਏ। ਕਿੰਨੇ ਬੱਚੇ ਹੈ? ਇੱਕ ਹੈ ਜੀ ਬੇਟਾ। ਪਹਿਲਾਂ ਵੀ ਕੋਈ ਲੜਾਈ ਝਗੜੇ ਹੁੰਦੇ ਨੇ ਤੁਸੀਂ? ਪਹਿਲਾਂ ਨਹੀਂ। ਪਰਿਵਾਰ ਵਿੱਚ ਕੌਣ-ਕੌਣ ਹੈ? ਪਰਿਵਾਰ ਦੇ ਵਿੱਚ ਮਾਤਾ ਪਿਤਾ ਉਹਦੇ, ਇੱਕ ਹੋਰ ਜਿਹੜਾ ਪ੍ਰਾਹੁਣਾ, ਤਿੰਨੇ ਨੇ। ਅੱਛਾ, ਕਾਹਦੇ ਨਾਲ ਜਿਹੜਾ ਸੀ? ਕਾਹਦੇ ਨਾਲ ਮਾਰਿਆ? ਪਤਾ ਲੱਗਿਆ ਕਿਸ ਚੀਜ਼ ਨਾਲ ਉੱਤੇ ਵਾਰ? ਕਹਾੜੀ ਸੀਗੀ ਇੱਕ, ਤੁਹਾਡੀ ਤੇ ਇੱਕ ਕਹਾੜੀ, ਇੱਕ ਚਾਕੂ ਸੀ। ਕਾਰਨ ਪਤਾ ਲੱਗਿਆ ਹੋਵੇ ਜੀ? ਮਾਰਨ ਦਾ ਕਾਰਨ ਪਤਾ ਲੱਗਿਆ ਹੋਵੇ ਕੋਈ ਜਾਂ ਕੋਈ? ਨਹੀਂ। ਸਾਡੇ ਕੋਲ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਜਸਦੀਪ ਸਿੰਘ ਨਾਮ ਦੇ ਜਿਹੜਾ ਵਿਅਕਤੀ ਹੈਗਾ, ਉਹਨੇ ਆਪਣੀ ਫੈਮਿਲੀ ਨਾਲ ਮਿਲ ਕੇ ਜਿਹੜਾ ਹੈਗਾ ਆਪਣੀ ਵਾਈਫ ਦਾ ਕਤਲ ਕਰਤਾ ਹੈਗਾ। ਜਿਸ ਸੰਬੰਧੀ ਅਸੀਂ ਮੌਕੇ 'ਤੇ ਗਏ ਹਾਂ, ਮੌਕੇ 'ਤੇ ਜਾ ਕੇ ਲੜਕੀ ਦਾ ਜੋ ਫਾਦਰ ਹੈਗਾ ਉਹਦਾ ਬਿਆਨ ਰਿਕਾਰਡ ਕੀਤਾ ਹੈਗਾ ਕਿ ਉਹਨੇ ਆਪਣੇ ਆਪਣੀ ਬੇਟੀ ਦੇ ਜਿਹੜਾ ਹੈਗਾ ਕਿ ਇੱਥੇ 15 ਸਾਲ ਪਹਿਲਾਂ ਉਹਦੀ ਮੈਰਿਜ ਹੋਈ ਸੀਗੀ ਅਤੇ ਉਹਨਾਂ ਨੇ ਘਰੇਲੂ ਲੜਾਈ ਝਗੜਾ ਹੋਣ ਕਰਕੇ ਜਿਹੜਾ ਹੈਗਾ ਕਿ ਅੱਜ ਉਹਨਾਂ ਨੇ ਤੜਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਤਾ ਹੈ। ਕਿੰਨੇ ਬੱਚੇ ਸੀ ਉਹਨਾਂ ਦੇ? ਕਿੰਨਾ ਟਾਈਮ ਹੋ ਗਿਆ ਸੀ? 15 ਸਾਲ ਦਾ ਬੇਟਾ ਹੈਗਾ ਜੀ, 17 ਸਾਲ ਮੈਰਿਜ ਹੋ ਗਈ ਸੀ। ਕੋਈ ਹੋਰ ਪਰਿਵਾਰਕ ਮੈਂਬਰਾਂ ਨੇ ਕੋਈ ਦੋਸ਼ ਲਾਏ ਜਾਂ ਲੜਕੀ ਦੇ ਪੇਰੈਂਟਸ ਵੱਲੋਂ ਕੋਈ ਦੋਸ਼ ਹੋਰ ਹੈਗੇ? ਐਕਚੁਅਲੀ ਉਹਨਾਂ ਦਾ ਇਹ ਦੋਸ਼ ਹੈਗਾ ਕਿ ਇਹਨਾਂ ਨੇ ਜਿਹੜਾ ਦਾਜ ਦਹੇਲੀ ਕੁੱਟਮਾਰ ਕਰਦੇ ਰਹਿੰਦੇ ਸੀਗੇ, ਤੰਗ ਪਰੇਸ਼ਾਨ ਕਰਦੇ ਸੀਗੇ, ਉਹਨਾਂ ਨੇ ਇਹ ਬਿਆਨ ਵਿੱਚ ਆਪਣੇ ਲਿਖਵਾਇਆ ਹੈਗਾ, ਉਸ ਦੇ ਕਰਕੇ ਇਹਨਾਂ ਨੇ ਜਿਹੜਾ ਹੈਗਾ ਮਿਲ ਕੇ ਉਹਦਾ ਕਤਲ ਕਰਤਾ। ਕਿਸ ਵੈਪਨ ਨਾਲ ਕਤਲ ਕੀਤਾ ਗਿਆ? ਇਹ ਜੀ ਕੁਹਾੜੀ ਵੁੱਡਨ ਵਾਲੀ ਐਕਲ ਹੈਗੀ ਆ, ਉਹਦੇ ਨਾਲ ਇਹਨਾਂ ਨੇ ਮਾਰ, ਜਿਹੜਾ ਮੇਨ ਲੜਕੀ ਨੇ ਹੈਗਾ ਉਹਨੂੰ ਗਰਦਨ ਦੇ ਮਾਰ ਕੇ ਉਹਨੇ ਜਿਹੜਾ। ਕੋਈ ਜੌਬ ਵਗੈਰਾ ਵੀ ਕਰਦੀ ਸੀ ਬੇਟੀ ਕੋਈ ਲੜਕੀ ਜਿਹੜੀ ਮ੍ਰਿਤਕ ਹੈ? ਨਹੀਂ, ਅਜੇ ਤਾਂ ਕੋਈ ਹਜੇ ਸਾਡੀ ਕੋਈ ਸਫਾ ਮਿਲਦੀ ਤੇ ਉਹਦੀ ਗੱਲਬਾਤ ਨਹੀਂ ਆਈ ਹੈਗੀ ਕਿ ਜੋ ਹੋਇਆ ਉਹਦੇ ਸਪੈਸ਼ਲ। ਕੋਈ ਨਸ਼ੇ ਦਾ ਵੀ ਸੁਣ ਚਾ ਰਿਹਾ ਸੀ ਲੜਕਾ ਜਿਹੜਾ ਜਿਹੜਾ ਪਤੀ ਹੈ ਉਹ ਨਸ਼ੇ ਦਾ ਸੇਵਨ ਕਰਦਾ, ਕੋਈ ਇਸ ਤਰ੍ਹਾਂ ਕੋਈ ਸਾਹਮਣੇ ਆਇਆ ਮਾਮਲਾ? ਨਹੀਂ, ਨਸ਼ੇ ਦਾ ਤਾਂ ਵਲੀਨ ਹੈਗਾ ਸੀ, ਲੇਕਿਨ ਉਹ ਮਤਲਬ ਥੋੜ੍ਹਾ ਜਿਹਾ ਡਿਪਰੈਸ਼ਨ ਵਗੈਰਾ ਦੀ ਦਵਾਈ ਵਗੈਰਾ ਲੈਂਦਾ ਸੀਗਾ ਅਤੇ ਤੰਗ ਪਰੇਸ਼ਾਨ, ਮਤਲਬ ਆਪਦੇ ਤੌਰ 'ਤੇ ਮੈਂਟਲੀ ਤੌਰ ਥੋੜ੍ਹਾ ਡਿਸਟਰਬ ਸੀਗਾ ਅਤੇ ਬਾਕੀ ਬਾਕੀ ਆਫ ਰਿਕਾਰਡ ਹੈਗਾ ਜੀ, ਕੋਈ ਔਨ ਰਿਕਾਰਡ ਸਾਡੇ ਕੋਲ ਇਹੋ ਜਿਹੀ ਗੱਲਬਾਤ ਸਾਹਮਣੇ ਨਹੀਂ ਆਈ ਹੈਗੀ। ਅਤੇ ਜਿਹੜੀ ਕਾਤਲ ਦੇ ਲਈ ਕੋਈ ਕਰ ਰਹੇ ਹੈਗੇ ਉਹ ਕਾਰਵਾਈ ਅੱਗੇ ਜਾਂ? ਬਿਲਕੁਲ ਜੀ ਬਿਲਕੁਲ, ਸਾਰੇ ਜੋ ਹੈਗੇ ਸਫਾ ਮਿਸਲ 'ਤੇ ਆਊਗੀ ਐਵੀਡੈਂਸ, ਉਸਦੇ ਵੀ ਹਫ਼ਤੇ ਅਗਲੀ ਕਾਰਵਾਈ ਮੁੱਚ ਜਾਊਗੀ।